ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਨੰਗਲ ਵਿਖੇ ਬਣ ਰਹੇ ਰੇਲਵੇ ਓਵਰ ਬ੍ਰਿਜ ਨੂੰ ਲੈ ਕੇ ਪੂਰਾ ਨੰਗਲ ਸ਼ਹਿਰ ਪਰੇਸ਼ਾਨ ਹੈ ਕਿਉਂਕਿ ਸਨ 2018 ਦੇ ਵਿੱਚ ਨੰਗਲ ਦੇ ਵਿੱਚ ਓਵਰ ਬ੍ਰਿਜ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਇਸ ਨੂੰ 2 ਸਾਲ ਦੇ ਵਿੱਚ ਪੂਰਾ ਕਰਨ ਦਾ ਸਮਾਂ ਮਿਥਿਆ ਗਿਆ ਸੀ, ਪਰੰਤੂ ਆਪਣੇ ਮਿਥੇ ਸਮੇਂ ਤੋਂ ਦੁੱਗਣਾ ਸਮਾਂ ਲੈਣ ਦੇ ਬਾਵਜੂਦ ਵੀ ਅੱਜ ਵੀ ਨੰਗਲ ਓਵਰ ਬ੍ਰਿਜ ਬਣ ਕੇ ਤਿਆਰ ਨਹੀਂ ਹੋ ਪਾਇਆ। ਭਾਵੇਂ ਮੌਕੇ ਦੀ ਸਰਕਾਰ ਦਾਵਾ ਕਰ ਰਹੀ ਹੈ ਕਿ ਇਸ ਨੂੰ ਜਲਦ ਪੂਰਾ ਕਰ ਲਿਆ ਜਾਏਗਾ, ਪਰੰਤੂ ਓਵਰ ਬ੍ਰਿਜ ਦੇ ਚੱਲ ਰਹੇ ਕੰਮ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸ਼ਾਇਦ ਅਜੇ ਕਾਫੀ ਲੰਬਾ ਸਮਾਂ ਲੱਗ ਜਾਏਗਾ। ਜਿਸ ਦੇ ਚੱਲਦੇ ਹੋਏ ਲੋਕਲ ਇਲਾਕਾ ਸੰਘਰਸ਼ ਕਮੇਟੀ ਵੱਲੋਂ 26 ਜੁਲਾਈ ਨੂੰ ਨੰਗਲ ਬੰਦ ਦੀ ਕੌਲ ਦਿੱਤੀ ਗਈ ਹੈ ਤਾਂ ਕਿ ਮੌਜੂਦਾ ਸਰਕਾਰ ਦੀਆਂ ਅੱਖਾਂ ਖੁੱਲ ਸਕਣ। 26 ਜੁਲਾਈ ਨੂੰ 3 ਘੰਟੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਸ਼ਹਿਰ ਨੂੰ ਬੰਦ ਰੱਖਿਆ ਜਾਵੇਗਾ, ਸੁੱਤੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਗਾਇਆ ਜਾ ਸਕੇ। ਆਓ ਸੁਣਦੇ ਹਾਂ 26 ਜੁਲਾਈ ਦੇ ਬੰਦ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਵਿਸ਼ਾਲ ਸੈਣੀ ਨੇ ਕੀ ਦੱਸਿਆ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। 26 ਜੁਲਾਈ ਨੂੰ ਜਿਹੜਾ ਇੱਕ ਨੰਗਲ ਸੰਘਰਸ਼ ਕਮੇਟੀ ਵੱਲੋਂ ਨੰਗਲ ਬੰਦ ਇੱਕ ਮੁਹਿੰਮ ਚਲਾਈ ਜਾ ਰਹੀ ਕਿ ਅਸੀਂ 3 ਘੰਟੇ ਵਾਸਤੇ 9 ਤੋਂ ਲੈ ਕੇ 12 ਵਜੇ ਤੱਕ ਨੰਗਲ ਬੰਦ ਦੀ ਕੌਲ ਦਿੱਤੀ ਹੈ। ਜਿਹੜਾ ਸਾਡਾ ਰੀਜ਼ਨ ਹੈ ਕਿ ਨੰਗਲ ਬੰਦ ਕਿਉਂ ਹੋਣਾ ਚਾਹੀਦਾ, ਤੁਹਾਡੇ ਕੈਮਰੇ ਨੇ ਸਾਰਾ ਕੁਝ ਦਿਖਾ ਦਿੱਤਾ ਕਿ ਪ੍ਰੋਜੈਕਟ ਕਿੱਡਾ ਵੱਡਾ ਹੈ, ਪਰ ਇਸ ਪ੍ਰੋਜੈਕਟ ਦੇ ਵਿੱਚ ਸਿਰਫ ਇੱਕ ਮਸ਼ੀਨ ਆ, ਉਹ ਵੀ ਬੰਦ ਖੜੀ ਪਈ ਹੈ, ਔਰ ਜਿਹੜੇ ਲੇਬਰ ਵਾਲੇ ਕੰਮ ਕਰ ਰਹੇ ਸਿਰਫ 1-2 ਤੋਂ ਜ਼ਿਆਦਾ ਨਹੀਂ ਹੈ। ਸਾਡੀ ਮੰਗ ਇਹ ਹੈ ਕਿ ਅੱਜ ਜਿਹੜਾ ਸਾਡਾ ਨੰਗਲ ਦਾ ਫਾਟਕ ਹੈ ਉਹ ਅੱਜ ਵੀ ਖੁੱਲ੍ਹਾ ਪਿਆ, ਪਰ ਲੋਕਾਂ ਵਾਸਤੇ ਜਿਹੜਾ ਰਸਤਾ ਹੈ ਇਹ ਬੰਦ ਕੀਤਾ ਹੋਇਆ। ਸਾਡੀ ਜਿਹੜੀ ਮੰਗ ਹੈ ਔਰ ਜਾਇਜ਼ ਮੰਗ ਹੈ ਕਿ ਇਸ ਰਸਤੇ ਨੂੰ ਜਲਦ ਤੋਂ ਜਲਦ ਖੋਲ੍ਹ ਕੇ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਦਵਾਈ ਜਾਵੇ, ਤਾਂ ਜੋ ਜਿਹੜੀ ਟ੍ਰੈਫਿਕ ਸਾਰੀ ਮੌਜੂਵਾਲ ਨੂੰ ਜਾਂਦੀ ਹੈ ਔਰ ਬਾਇਆ ਸੰਦੋਗੜ ਹੋ ਕੇ ਜਾ ਰਹੀ, ਉੱਧਰ ਤੋਂ ਰਾਸ਼ ਜਿਹੜਾ ਉਹ ਘੱਟ ਕੇ ਸਾਰਾ ਇਸ ਔਰ ਆ ਜਾਵੇ। ਨੰਗਲ ਦੀ ਹੋਂਦ ਨੂੰ ਬਚਾਉਣ ਵਾਸਤੇ, ਨੰਗਲ ਸ਼ਹਿਰ ਦੇ ਵਪਾਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਰਲ ਕੇ, ਮੈਂ ਹਰ ਇੱਕ ਪਾਰਟੀ ਮੈਂਬਰ ਨੂੰ ਵੀ ਜਿਹੜੇ ਅਲੱਗ ਅਲੱਗ ਪਾਰਟੀਆਂ ਤੋਂ ਬਿਲੋਂਗ ਕਰਦੇ ਕਿ ਆਪਣਾ ਪਾਕ ਪਵਿੱਤਰ ਹੋ ਕੇ ਜਿਹੜਾ ਬੰਦ ਹੈ, ਬੰਦ ਦੀ ਕੌਲ ਦਿੱਤੀ ਗਈ, ਇਹਦੇ 'ਚ ਸਹਿਯੋਗ ਦਿਓ ਤਾਂ ਜੋ ਅਸੀਂ ਜਿਹੜਾ ਸਾਡੀ ਹੋਂਦ ਹੈ, ਨੰਗਲ ਦੀ ਹੋਂਦ ਹੈ, ਸਾਡਾ ਆਉਣ ਵਾਲਾ ਭਵਿੱਖ ਅਸੀਂ ਉਹਨੂੰ ਬਚਾ ਸਕੀਏ। ਕਿੰਨੇ ਸਾਲ ਤੋਂ ਕੰਮ ਚੱਲਦਾ ਆ ਰਿਹਾ ਜੀ, ਜਿਹੜੇ ਹਾਲਾਤ ਨਾਲ ਕੰਮ ਚੱਲਦਾ ਪਿਆ ਤੁਹਾਨੂੰ ਕੀ ਲੱਗਦਾ ਕਦ ਤੱਕ ਚੱਲੇਗਾ? ਜਿਹੜਾ ਜਦੋਂ ਪ੍ਰੋਜੈਕਟ ਸਟਾਰਟ ਹੋਇਆ ਸੀਗਾ 2018 ਤੋਂ ਸਟਾਰਟ ਹੋਇਆ ਸੀ ਔਰ 2 ਸਾਲ ਵਾਸਤੇ ਇਹਦਾ ਮਿਆਦ ਰੱਖੀ ਗਈ ਸੀ ਕਿ 2 ਸਾਲ ਦੇ ਵਿੱਚ ਇਸ ਕੰਮ ਨੇ ਕੰਪਲੀਟ ਹੋਣਾ ਸੀ, ਪਰ ਦੇਖਦੇ ਦੇਖਦੇ ਅੱਜ 4 ਸਾਲ ਹੋ ਗਏ, ਕੰਮ ਹੈ ਜਿਹੜਾ ਉਹ 30% ਤੱਕ ਵੀ ਨਹੀਂ ਹੋਇਆ। ਮੋਰ ਓਵਰ ਮੈਂ ਇੱਥੇ ਦੱਸਣਾ ਇਹ ਵੀ ਚਾਹੁੰਦਾ ਕਿ ਜਦੋਂ ਅਸੀਂ ਨੰਗਲ ਤੋਂ ਮੌਜੂਵਾਲ ਨੂੰ ਜਾਂਦੇ ਹੈ, ਉੱਥੇ ਜਿਹੜਾ ਚੌਂਕ ਬਣਨਾ ਸਾਡੇ ਉਦੋਂ ਮੰਦਰ ਕੋਲ, ਉੱਥੇ ਹਜੇ ਤੱਕ ਇਹਨਾਂ ਕੋਲੋਂ NFL ਦੀ ਮਨਜ਼ੂਰੀ ਨਹੀਂ ਲੈ ਹੋਈ। 2.5 ਸਾਲਾਂ ਦੇ ਵਿੱਚ ਜਿਨ੍ਹਾਂ ਕੋਲੋਂ ਮਨਜ਼ੂਰੀ ਨਹੀਂ ਲੈ ਹੋਈ, ਤੁਸੀਂ ਖੁਦ ਦੱਸੋ ਕਿ ਇਸ ਫਲਾਈਓਵਰ ਨੂੰ ਬਣਨ ਵਾਸਤੇ ਕਿੰਨਾ ਟਾਈਮ ਲੱਗੇਗਾ। ਜਿੱਥੇ ਜਿੱਥੇ ਜਿਹੜੀ ਜਿਹੜੀ ਮਾਰਕੀਟ ਦੇ ਵਿੱਚ ਅਸੀਂ ਸ਼ਾਮ ਨੂੰ 1-1, 2-2 ਘੰਟੇ ਹਰ ਇੱਕ ਮਾਰਕੀਟ ਦੇ ਵਿੱਚ ਜਾ ਰਹੇ ਕਿ ਸਿਰਫ ਅਸੀਂ ਜਿਹੜਾ ਇਹ ਸਾਡਾ ਧਰਨਾ ਹੈ, ਅਸੀਂ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਸਾਡਾ ਧਰਨਾ ਇੱਕ ਰੇਲਵੇ ਦੇ ਖਿਲਾਫ, ਦੂਜਾ ਜਿਹੜਾ ਇਹਦਾ ਠੇਕੇਦਾਰ ਆ ਉਹਦੇ ਖਿਲਾਫ ਕਿ ਉਹ ਬਹੁਤ ਜ਼ਿਆਦਾ ਜਿਹੜੀ ਦੇਰੀ ਆ ਉਹ ਕਰ ਰਹੇ ਇਹਨੂੰ ਬਣਾਉਣ ਵਾਸਤੇ। ਸਾਨੂੰ ਖੁਦ ਜਿਹੜੇ ਸਾਡੇ ਬਾਰ ਐਸੋਸੀਏਸ਼ਨ ਹੈ ਨੰਗਲ ਵੱਲੋਂ ਸਾਨੂੰ ਸਹਿਯੋਗ ਦਿੱਤਾ ਗਿਆ, ਜਿਹੜੀ ਸਾਡੀ ਰੋਡਵੇਜ਼ ਕਰਮਚਾਰੀ ਹੈ ਉਹਨਾਂ ਵੱਲੋਂ, ਰੇਹੜੀ ਫੜੀ ਯੂਨੀਅਨ ਹੈ, ਮੋਸਟਲੀ ਜਿੰਨੀਆਂ ਨੰਗਲ ਦੇ ਵਿੱਚ ਸਰਗਰਮ ਯੂਨੀਅਨ ਹੈ, ਸਾਨੂੰ ਸਾਰਿਆਂ ਨੇ ਭਰੋਸਾ ਦਿੱਤਾ। ਮੋਰ ਓਵਰ ਅਸੀਂ ਜਾ ਵੀ ਰਹੇ, ਜਿਵੇਂ ਟਰੱਕ ਯੂਨੀਅਨ ਹੋ ਗਿਆ ਜਾਂ ਟੈਕਸੀ ਯੂਨੀਅਨ ਵਾਲੇ ਹੋ ਗਏ, ਜਾਂ ਜਿਹੜੇ ਨੰਗਲ ਸ਼ਾਮ ਇੱਕ ਦਿਨ ਜਿਹੜੀ ਮੰਡੀ ਲੱਗਦੀ ਹੈ